ਹਲੋ ਅਸਲਾਮੁਆਲਿਕਮ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਹੋਣਾ ਉਮੀਦ ਕਰਨਾ ਫਟਾਫਟ ਵਦ ਅੱਜ ਮੈਂ ਆ ਗਿਆ ਇੱਕ ਹੋਰ ਨਈ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਬੈਲ ਆਈਕਨ ਦਬਾਉਣਾ ਨਹੀਂ ਭੁੱਲਣਾ ਬੈਲ ਆਈਕਨ ਲਾਜ਼ਮੀ ਦਬਾਉਣਾ ਹੈ ਤੇ ਮੈਂ ਆਇਆ ਅੱਜ ਮਕਈ ਨੂੰ ਸਪਰੇਅ ਕਰਨ ਆਸਤੇ ਤੇ ਤੁਹਾਡੇ ਆਸਤੇ ਵੀਡੀਓ ਬਣਾ ਰਿਹਾ ਛੋਟੀ ਜੀ ਤੇ ਆ ਵੇਖੋ ਪਿੱਛੇ ਦਾ ਮਾਹੌਲ ਚੈੱਕ ਕਰੋ ਜਰਾ ਪਿੱਛੇ ਸਾਰੀ ਮਕਈ ਮਕਈ ਹੈ ਤੇ ਇਹਦੇ ਆ ਮੇਰੇ ਪਿੱਛੇ ਪੀਟਰ ਹੈਗਾ ਸੀ ਜੋ ਚੱਲਿਆ ਆ ਸੀ ਪਹਿਲੇ ਬੰਦ ਕਰ ਦਿੱਤਾ ਹੈ ਉਸ ਵੇਲੇ ਵੀਡੀਓ ਨਹੀਂ ਬਣਾਈ ਯਾਰ ਪੀਟਰ ਦੀ ਆਵਾਜ਼ ਇੰਨੀ ਸਿੱਧੀ ਵੀ ਬੇਵਜਨਾ ਜਿਹੜਾ ਸੁਣਾਈ ਨਹੀਂ ਦਿੰਦਾ ਸੀ ਮੈਂ ਜੋ ਵੀ ਬੋਲਦਾ ਥਾ ਉਹਦੀ ਜ਼ਿਆਦਾ ਮਾਈਕ ਹੈ ਜਿਹੜਾ ਉਹ ਪੀਟਰ ਦੀ ਆਵਾਜ਼ ਕੈਚ ਕੀਤੀ ਰੱਖਦਾ ਸੀ ਮਕਾਈ ਨੂੰ ਕਰਦੇ ਆਂ ਮੈਂ ਕਿਹੜੀ ਤਾਂ ਸੁੰਡੀ ਵਾਲਾ ਸਪਰੇਏ ਇਹ ਸਪਰੇ ਵੀ ਕਰ ਲਵੀ ਦਾ ਜ਼ਹਿਰ ਵੀ ਪਾ ਲਵੀ ਦੀ ਹੈ ਲੇਕਿਨ ਮੈਂ ਜਿਹੜਾ ਹੈ ਨਾ ਉਹ ਕਰ ਰਿਹਾ ਸਪਰੇ ਤੇ ਦੋ ਬੰਦੇ ਲੱਗਦੇ ਆਦਾ ਆਰਾਮ ਨਾਲ ਜਿਹੜਾ ਸਪਰੇ ਕਰ ਲੈਂਦੇ ਨੇ 13 ਕਿੱਲੇ ਮਕਾਈ ਹੈਗੀ ਸੀ ਪਹਿਲੇ 13 ਕਿੱਲੇ ਆਲੂ ਸੰਦੇ ਉਹਨਾਂ ਦੀ ਥਾਂ ਤੇ ਜਿਹੜੇ 13 ਕਿੱਲੇ ਨਾਲ ਜਿਹੜਾ ਮਕਾਈ ਲਾ ਲਈ ਹੈ ਉਹਨ ਸੋਲਰ ਮੋਟਰ ਚੱਲੀ ਹੋਈ ਹੈ ਜਿੰਦੇ ਨਾਲ ਪਾਣੀ ਹੋ ਰਿਹਾ ਅੱਗੇ ਅੱਗੇ ਸਪਰੇ ਹੋਈ ਜਾ ਰਿਹਾ ਪਿੱਛੇ ਪਿੱਛੇ ਪਾਣੀ ਹੋਈ ਜਾ ਰਿਹਾ ਕਿੱਲਾ ਹੈਗਾ ਸਿਔਰਾ ਉਹਨੂੰ ਪੀਟਰ ਚਲਾ ਤੇ ਪਾਣੀ ਬੂਰਾ ਕਰ ਲਿਆ ਤੇ ਮੇਲੀ ਸਪਰੇ ਵਾਲੇ ਵੀ ਬਹਰ ਹਲਕੇ ਹਲਿਆ ਨੇ ਹੋਰ ਅੱਧਾ ਘੰਟਾ ਜਾਂ ਪਾਣਾ ਘੰਟਾ ਜਿਹੜਾ ਹੈ ਨਾ ਹੋਰ ਲਾਉਣਾ ਹੈ ਸਪਰੇ ਤੇ ਬਸ ਸਿਰ ਬੰਦ ਕਰ ਦੇਣਾ ਤੇ ਦੋਨੋਂ ਵਹਾਨੇ ਵੀ ਕਿਵੇਂ ਸ਼ੂਟਰ ਚੱਲ ਰਹਾ ਹੈਗੇ ਨੇ ਤੇ ਚੈੱਕ ਕਰੋ ਜਰਾ ਥੈਂਕ ਯੂ ਸੋ ਮੱਚ ਵੀਡੀਓ ਵੇਖਣ ਲਈ ਲਵ ਯੂ ਹਾਲ ਹੋ ਗਿਆ